ਤੁਸੀਂ ਨਹੀਂ ਕਹਿ ਸਕਦੇ ਕਿ ਕਿਹੜੀ ਚੀਜ਼ ਅੱਛੀ ਹੈ। ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ, ਕ੍ਰੀਏਸ਼ਨ ਜੋਈ ਨਾ ਔਲਾਦ ਦੀ ਤਰ੍ਹਾਂ ਹੁੰਦੀ, ਠੀਕ ਹੈ। ਹੁਣ ਔਲਾਦ ਨੇ ਦੁਨੀਆ 'ਚ ਆ ਕੇ ਕੀ ਰੰਗ ਦਿਖਾਉਣੇ ਨੇ, ਜਾਂ ਮਾਹੌਲ ਨੇ ਕੀ ਉਹਨੂੰ ਕਿਸ ਤਰ੍ਹਾਂ ਡਿਵੈਲਪ ਕਰਨਾ, ਤੇ ਇਸ ਲਈ ਹਰ ਚੀਜ਼ ਨਾਲ ਪਿਆਰ ਤੇ ਹੁੰਦਾ। ਤੁਹਾਡੀ ਪਰਵਰਿਸ਼ ਹੀ ਗਲਤ ਹੋ ਜਾਂਦੀ ਹੈ ਸਟੋਰੀ ਚਾਵਾਂ ਪੁੱਤਰਾਂ ਦੀ ਪੁੱਤਰ ਨੂੰ ਪਿਆਰਾ ਲੱਗਦਾ। ਠੀਕ ਹੈ, ਉਸ ਹਵਾਲੇ ਨਾਲ ਪਿਆਰੇ ਸਾਰੇ ਲੱਗਦੇ ਨੇ, ਸਾਰੇ ਪਿਆਰੇ। ਮੈਂ ਇੱਕ ਥੋੜੀ ਜਿਹੀ ਉਹਨੂੰ ਆਪਣਾ ਮਿਸਾਲ ਦਿਆਂਗਾ ਕਿਸੇ ਵਕੀਲ ਦੇ ਨਾਲ, ਸੋਲੀਸਿਟਰ ਨਾਲ, ਕਿਉਂਕਿ ਮਾਸ਼ਾਅੱਲਾ ਵੀ ਉਹਨਾਂ ਦਾ ਹੀ ਹੈ। ਠੀਕ ਹੈ, ਉਦੋਂ ਸੋਲੀਸਿਟਰ ਕੋਲ ਕੋਈ ਕੇਸ ਆਉਂਦਾ ਨਾ, ਉਹ ਕਹਿੰਦਾ ਕਿ ਜੀ ਮੈਂ ਮਰਡਰ ਕੀਤਾ। ਠੀਕ ਹੈ, ਸੋਲੀਸਿਟਰ ਦਾ ਕੰਮ ਹੁੰਦਾ ਤੇ ਉਹਨੂੰ ਬਚਾਉਣਾ, ਪੁਆਇੰਟਸ ਜਿਹੜੇ ਨੇ ਕਾਨੂੰਨ ਦੇ ਵਿੱਚ। ਇਸੇ ਤਰ੍ਹਾਂ ਅਸੀਂ ਪ੍ਰੋਫੈਸ਼ਨਲ ਰਾਈਟਰ ਹੈ। ਠੀਕ ਹੈ, ਜਦੋਂ ਕੋਈ ਚੀਜ਼ ਦਾ ਪਤਾ ਲੱਗਦਾ ਕਿ ਸਟੋਰ ਨੂੰ ਅਸੀਂ ਇਸ ਤਰ੍ਹਾਂ ਸੈਂਟਰ ਲੈ ਕੇ ਜਾਣਾ, ਠੀਕ ਹੈ, ਪਸੰਦ ਆਉਣਾ ਜਾਂ ਨਾ ਆਉਣਾ ਆਪਣੀ ਕੋਸ਼ਿਸ਼ ਹੁੰਦੀ ਹੈ। ਅੱਛੇ ਤਰੀਕੇ ਨਾਲ ਅਸੀਂ ਐਕਸਪਲੇਨ ਕਰੀਏ ਜਿਹੜੀ ਗੱਲ ਚੱਲਣ ਜਾ ਰਹੀ ਹੈ। ਠੀਕ ਹੈ, ਉਹਦੇ ਤੋਂ ਪਹਿਲੇ ਹੁਣ ਪਠਵਾੜੀ ਸੇ ਹੋਈ ਆ ਮੇਰੀ, ਤੁਹਾਡੇ ਚੈਨਲ ਤੇ ਚੱਲੀ ਹੈ ਛੋਟੀ ਈਦ ਤੇ, ਫਿਰ ਵੱਡੀ ਈਦ ਤੇ ਅਸੀਂ ਵਿਲਾਇਤੀ ਬੱਕਰਾ ਬਣਾ ਕੇ ਦਿੱਤੀ। ਠੀਕ ਹੈ ਜੀ, ਅੱਜ ਕੱਲ੍ਹ ਗ੍ਰੇਟ ਬ੍ਰਿਟੇਨ ਚੱਲ ਰਿਹਾ, ਤੇ ਸਾਰੇ ਵਿੱਚ ਪੋਜ਼ਿਟਿਵ ਮਤਲਬ ਪੁਆਇੰਟ ਅਸੀਂ ਰੱਖੇ ਨੇ, ਕਿਸੇ ਨਾ ਕਿਸੇ ਤਰੀਕੇ ਨਾਲ ਇਸਲਾਈ ਪਹਿਲੂ ਮਿਲੇ। ਉਸੇ ਤਰ੍ਹਾਂ ਕਿਰਨੇ ਹੁਣ ਜਿਹੜੇ 14 ਅਗਸਤ ਨੂੰ ਨਾਜ਼ਰੀਨ ਦੇਖਣਗੇ, ਤੇ ਉਹਦੇ ਚ ਵੀ ਇਸੇ ਤਰ੍ਹਾਂ ਕੋਈ ਨਾ ਕੋਈ ਤਾਂ ਸਾਰੇ ਨਾਲ ਹੀ ਪਿਆਰ ਹੈ। ਮਤਲਬ ਜਿਸ ਤਰ੍ਹਾਂ ਕੋਈ ਚੀਜ਼ ਆ ਬਣਾਉਣਾ, ਉਸ ਲਈ ਕਿਸੇ ਨੂੰ ਫੀਡਬੈਕ ਜਿਹੜੀ ਹੈ ਨਾ, ਕੁਛ ਲਈ ਸਹੀ ਮਿਲੇ। ਹੁਣ ਮੈਂ ਇੱਥੇ ਪ੍ਰੋਗਰਾਮ ਦੇ ਕੇ ਕਰਨਾ, ਗੱਪਸ਼ਪ ਵੀ ਵਾਲਾ ਪ੍ਰੋਗਰਾਮ ਹੋਣਾ, ਪੰਜਾਬ ਨੇ ਰੰਗ ਵੀ ਹੋਣਾ, ਅਸਲ ਕਸ਼ਮੀਰ ਵੀ ਹੋਣਾ, ਲੇਕਿਨ ਕੁਛ ਨੇ ਬੰਨੇ ਵਾਲੇ ਬੜਾ ਪਿਆਰ ਕਰਨੇ ਨਾ। ਹੁਣ ਪਾਪਾ ਕਿਆ ਬਾਤ ਹੈ ਤੁਸਾਂ ਨੇ ਇਸ ਜਗ੍ਹਾ ਮਿਗੀ ਮਜ਼ਾਸ਼ ਹੈ ਕਿ ਅੱਜ ਮੈਂ ਪ੍ਰੋਗਰਾਮ ਬਹੁਤ ਮਜ਼ੇਦਾਰ ਕੀਤਾ ਵਾ। ਇਸ ਹਵਾਲੇ ਨਾਲ ਕਿ ਤੁਸਾਂ ਦੀ ਫੀਡਬੈਕ ਕਿਹੜੇ ਡਰਾਮੇ ਕਿਹੜੀ ਫਿਲਮ ਨੇ ਜ਼ਿਆਦਾ ਮਿਲੀ? ਅੱਗੇ ਪਤਾ ਨੀ ਅਸੀਂ ਕੀ ਕੀ ਸੋਚ ਕੇ ਬੈਠੇ ਹਾਂ। ਬਹੁਤ ਬਹੁਤ ਪਲਾਨ ਬਣਾਏ ਨੇ ਦੇਸ਼ ਚ ਕਿ ਅਸੀਂ ਕਿਤਨੇ ਮਜ਼ਲੂਮ ਨੇ ਜਿਹੜੇ ਰਹਿੰਦੇ ਨੇ। ਠੀਕ ਹੈ, ਮੇਰੇ ਕੋਲ ਬਹੁਤ ਸਾਰੇ ਲੋਕ ਆਉਂਦੇ ਨੇ, ਡਿਫਰੈਂਟ ਸਟੋਰੀਆਂ ਐਕਸਪਲੇਨ ਕਰਦੇ ਨੇ, ਤੇ ਇੰਝ ਲੱਗ ਰਿਹਾ ਹੁੰਦਾ ਇਹਨਾਂ ਦਾ ਦੁੱਖ ਨਹੀਂ ਹੈ ਤੇ ਮੇਰਾ ਆਪਣਾ ਦੁੱਖ ਹੈ ਜਿਹੜਾ ਫੀਲ ਨਹੀਂ ਹੋ ਰਿਹਾ। ਤੇ ਉਹ ਆਸਤੇ ਆਸਤੇ ਅਸੀਂ ਚੱਲਾਂਗੇ, ਪਤਾ ਨਹੀਂ ਕਿਹੜੇ ਮੌਜੂ ਨੇ ਕਿੱਥੇ ਪਿਆਰ ਹੋ ਜਾਣਾ। ਬੜਾ ਮੁਸ਼ਕਿਲ ਹੋਣਾ ਜਿਸ ਤਰ੍ਹਾਂ ਤੁਸੀਂ ਦੁਆਰੇ ਗਏ ਯੂਕੇ ਯੂਰਪ ਦੇ ਵਿੱਚ ਕੰਮ ਕਰ ਰਹੇ ਹੋ, ਫਨਕਾਰ ਇਕੱਠੇ ਕਰ ਰਹੇ ਹੋ, ਪਾਕਿਸਤਾਨ ਦੇ ਵਿੱਚ ਵੀ ਮੁਸ਼ਕਿਲ ਹੈ ਜਿਸ ਤਰ੍ਹਾਂ ਉਹ ਮਾੜੇ ਕਈ ਫਨਕਾਰ ਦੋਸਤ ਹਨ, ਡਾਇਰੈਕਟਰ ਵੀ ਆਉਣੇ ਕਿ ਬੱਕਰੇ ਨਾਲ ਗੋਸ਼ਤ ਬਣ ਜਾਣਾ, ਤੇ ਜਿਹੜਾ ਫਿਰ ਗੋਸ਼ਤ ਨਾਲ ਬੱਕਰਾ ਬਣਾਉਣਾ ਪੈ ਜਾਣਾ, ਉਸ ਦਾ ਬੜਾ ਮੁਸ਼ਕਿਲ ਲੱਗਣਾ। ਤੁਸੀਂ ਕੀ ਮੁਸ਼ਕਿਲਾਂ ਜਿਹੜੀਆਂ ਹਨ ਇੱਕ ਮਿੰਟ ਦੇ ਅੰਦਰ ਅੰਦਰ ਅਸਾਂਗੇ ਬਾਸੋ ਕਿ ਕਿਤਨੀਆਂ ਕ੍ਰੀਏਟ ਕਰਨੀਆਂ ਪੈਣੀਆਂ? ਇੱਥੋਂ ਇੰਨੇ ਲੰਬੇ ਸਫ਼ਰ ਦੀਆਂ ਮੁਸ਼ਕਿਲਾਂ ਸੀ ਕਿ ਮਿਲਣ ਦੇ ਵਿੱਚ ਤੇ ਕੈਦ ਕਰਨ ਲਈ ਜਾਣਾ ਵੀ ਇੱਕ ਨਵੀਂ ਮੁਸ਼ਕਿਲ ਤੁਸੀਂ ਦੇ ਦਿੱਤੀ ਹੈ। ਤੇ ਬਹੁਤ ਸਾਰੀਆਂ ਮੁਸ਼ਕਿਲਾਂ ਨੇ, ਕਿਸੇ ਅਸੀਂ ਘਰ ਚਾਹੀਦਾ ਹੁੰਦਾ ਜੀ, ਠੀਕ ਹੈ, ਉਹ ਪ੍ਰੋਬਲਮ ਹੈ ਇੱਥੇ ਬਹੁਤ ਜ਼ਿਆਦਾ। ਮੇਕਅਪ ਆਰਟਿਸਟ ਵੀ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਹੈ। ਬਾਹਰ ਸ਼ੂਟਿੰਗ ਕਰਨੀ ਹੈ, ਪਰਮਿਸ਼ਨ ਲਵੋ, ਉਹ ਬੜੀ ਜ਼ਿਆਦਾ ਪ੍ਰੋਬਲਮ ਹੈ। ਤੇ ਮਸਤਾਨਾ ਸਾਹਿਬ ਮੇਰੇ ਤੋਂ ਪਹਿਲੇ ਇੱਥੇ ਪ੍ਰੋਗਰਾਮ ਚ ਮਿਲ ਗਏ ਨੇ, ਪਾਕਿਸਤਾਨ ਸਾਡੇ ਦੀ ਬੈਸਟ, ਬਹੁਤ ਅੱਛੇ ਮੇਕਅਪ ਆਰਟਿਸਟ ਨੇ, ਤੇ ਪ੍ਰੈਜ਼ੀਡੈਂਟ ਅਵਾਰਡ ਵੀ ਉਹ ਲੈ ਚੁੱਕੇ ਨੇ, ਤੇ ਉਹਨਾਂ ਨੂੰ ਖਸੂਸੀ ਤੌਰ ਤੇ ਪਾਕਿਸਤਾਨ ਤੋਂ ਬੁਲਾਇਆ। ਇਸੇ ਤਰ੍ਹਾਂ ਇੱਥੇ ਆਪਣਾ ਸਾਡੇ ਯੂਸਫ ਸਾਹਿਬ ਨੇ ਕੈਮਰਾਮੈਨ, ਮਾਸ਼ਾਅੱਲਾ, ਬਹੁਤ ਸਾਰੇ ਮੋਸਟ ਕੈਮਰਾਮੈਨ ਮੇਰੇ ਭਾਈ ਨੇ, ਉਹਨਾਂ ਦਾ ਬਹੁਤ ਜ਼ਿਆਦਾ ਤਾਵਾ ਨੇ ਮੇਰੇ ਨਾਲ। ਠੀਕ ਹੈ ਜੀ, ਇਮਰਾਨ ਸਾਹਿਬ ਨੇ ਜਰਨੀ ਆਫ ਕੈਨੇਡਾ, ਠੀਕ ਹੈ, ਕੈਮਰਾਮੈਨ ਬਹੁਤ ਅੱਛੇ ਨੇ ਮੇਰੇ ਨਾਲ, ਸਾਰੀਆਂ ਫਿਲਮਾਂ ਕਰ ਰਹੇ ਨੇ। ਠੀਕ ਹੈ, ਕੈਮਰਾਮੈਨ ਐਕਟਰ ਉਹਦੇ ਨਾਲ ਜ਼ਿਆਦਾ ਅੱਛੇ, ਬਹੁਤ ਅੱਛੇ, ਬਹੁਤ ਮੈਂ ਹਾਂਜੀ, ਇਹਨਾਂ ਨੂੰ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ, ਸਾਈਡ ਤੇ ਆਉਂਦੇ ਨੇ ਤੇ ਲੋਕ ਲਾਫਟਰ ਲੈ ਲੈਂਦੇ। ਕੋਈ ਸ਼ੱਕ, ਕੋਈ ਸ਼ੱਕ। ਹਾਂ, ਤੇ ਕਿਰਨੇ ਦੇ ਵਿੱਚ ਰੋਲ ਕਰ ਰਹੇ ਨੇ ਕਿ ਜਿਸ ਤਰ੍ਹਾਂ ਸਾਡੇ ਪਾਕਿਸਤਾਨ 'ਚ ਦੇਖਿਆ ਹੋਈ ਹੈ ਕਿ ਝੰਡੇ ਵਾਲੀ ਗੱਡੀਆਂ ਦੇ ਪਿੱਛੇ ਆਵਾਮ ਸਾਡੀ ਬਹੁਤ ਨੱਚਦੀ ਹੈ, ਫਨਕਾਰ ਸ਼ਖਸੀਅਤ ਨਾ, ਮੈਂ ਸਿਆਸੀ ਹਵਾਲੇ ਨਾਲ ਗੱਲ ਕਰ ਰਿਹਾ ਤੁਹਾਡੇ ਮੁਆਸ਼ਰੇ ਦੇ ਵਿੱਚ, ਕਿ ਲੋਕਾਂ ਨੂੰ ਪਤਾ ਹੁੰਦਾ ਕਿ ਲੀਡਰ ਜਿਹੜਾ ਮੈਂ ਮਤਲਬ ਜਿਹੜੇ ਵਾਅਦੇ ਕਰਕੇ ਗਿਆ ਇਹ ਪੂਰੇ ਨਹੀਂ ਕਰ ਰਿਹਾ, 4 ਸਾਲ ਹੋ ਗਏ ਨੇ, ਫਿਰ ਗੋਲ ਦੇ ਨਾਰੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਠੀਕ ਹੈ, ਕੋਈ ਵੀ ਜਿਹੜਾ ਵੀ ਆਪਣਾ ਵਕਤ ਹੁੰਦਾ ਕਿ ਜੀ ਫਲਾਂ ਗੋ 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 ਗੋ, ਨੈਕਸਟ ਟਾਈਮ ਜਦੋਂ ਫਿਰ ਇਲੈਕਸ਼ਨ ਆਉਂਦੇ ਨੇ ਉਹ ਐਸਾ ਇੱਕ ਡਰਾਮਾ ਕ੍ਰੀਏਟ ਹੁੰਦਾ। ਠੀਕ ਹੈ ਜੀ, ਉਹ ਫਿਰ ਜਦੋਂ ਗੱਡੀ ਕਾਲੇ ਰੰਗ ਦੀ ਐਂਟਰੀ ਹੁੰਦੀ ਮੁਹੱਲਿਆਂ ਦੇ ਵਿੱਚ, ਉੱਥੇ ਫਿਰ ਲੋਕ ਫਿਰ ਦੌੜਦੇ ਨੇ ਕਿਉਂਕਿ ਉਹਨਾਂ ਨੂੰ ਐਂਟਰਟੇਨ ਚਾਹੀਦੀ ਹੈ। ਬਾਰਾ ਜੀ, ਬਹੁਤ ਸ਼ੁਕਰੀਆ ਸ਼ਫੀ ਕੋ ਰਹਿਮਾਨ ਸਾਹਿਬ ਔਰ ਜਨਾਬ ਜਾਨੂ ਅਫਕਨੇਰਾ ਸਾਹਿਬ, ਇਨਸ਼ਾਅੱਲਾ ਕੋਰੇ ਫਿਰ ਬੇਲੋ ਮੈਂ ਉਸ ਸਾਹਿਬ ਨੂੰ ਅੱਛਾ ਚੱਲਿਆ।
जाने से पहले मैं एक मैसेज देना चाहता मेरे दोस्त यार मेरे घर लीडरशिप बार जिन्हें भी तखने उन्होंने बहुत बहुत जी 14 अगस्त की मुबारक ही है टाइम भी है कि तुम डीएम पर जरा समा 14 अगस्त में प्रोग्राम किरने तकसो बहुत शुक्रिया जाना मेरा मैं आखिरी कॉल भी शामिल कर सकता जी सलाम जी वालेकुम सलाम आमिर साहब ना गल हो सकी जी जरूर हो सकनी है कुछ बोलने पे जी नहीं रिजवान साहब यही कॉल सी इन्होंने आमिर साहब ना इन्होंने शफीकुर रहमान आमिर ना जी शफीकुर रहमान आमिर जी जी जरूर गल करी कुछ हेलो बोलो सलाम सलाम हाँ जी की हाल है ठीक है बिल्कुल जी सलाम ला जी मामा बोल रही मैं बहुत मिस कर रहा सलाम ला पहले मैं गुस्सा नाल गल हो रही थी जे मैं क्या मैं पता नहीं थी एकदम प्रोग्राम अचानक बनाया तो सुनाओ ला इस प्रोग्राम से शामिल होना चाहिए लेकिन अब बावजूद पूरी टीम ने उन्हें मिस किया सुनाओ ला ने और कहता मैंने उनका जेड़े में चल गए ने तो नेक्स्ट बार अलमे रूप साहब ने वादा किया है तो सुनाओ ला जो है ना 14 अगस्त वाले दिन जिस दिन साड़ी चाड़ी फिल्म ऑनर जाएगी सुनाओ ला उस दिन इस प्रोग्राम से मौजूद हो गया अच्छा नहीं मैं तो बहुत बहुत शुक्रिया अदा करना सी तुम सुनाओ ला में इतना प्यार कर दे हो तो थैंक यू वेरी मच उन्होंने वास्ते अच्छी शालात रख दो अल्लाह ताला तुम बहुत प्रोग्राम इंशाल्लाह कितने जेड़े सब नु पसंद आएगा थैंक यू वेरी मच बहुत दुआ आज भी बहुत प्यारा लग रहा है उन्होंने मेरे को प्यार दे रहा है ठीक है जड़ा मिशन मैं मेरी टीम सारी लेके जा रही है अल्लाह ताला उन कामयाब करे इंशाल्लाह सर बहुत सारी दुआएं ने ताड़ी बाकी प्रोग्राम वास्ते भी के अल्लाह ताला तुम कामयाब करे बहुत शुक्रिया बहुत जी जी ए असा अगे फिल्म बनाए पे एक आंगन हां उस ड्रामा सीरीज विच मैं चाहना कि तुसा भी काम करो क्यों ये ख्वाहिश है कि वो काम तुसा मेरे नाल करो महबूब साहब जवाब है कि पठवारी तुसा पठवारी नहीं आ नहीं नहीं पठवारी जी नहीं गल है बहुत मैं एक से जामा दे रहा जी सदा पति तो जोले जी ठीक है अरे वर्ल्ड जो मैं अच्छे से खिचा इंशाल्लाह भी जा कर ले मैं भी मैं जी हाथ ना बटिया ये सेवियां सेवियां बिल्कुल तो वो कांसेप्ट जरा मेरे फॉरेन रेंज है कि जड़ी भी स्टोरी लाइन हो रही है मेहनत करोगे तो कुछ मिले बहुत शुक्रिया यही चाहो बड़ी गल यही है कि उठे मैं आना जो तुसा रोल करो मेरे नाम तो फिर तकसा बंदा पटवारी चंगी बोलना जरूर जा बहुत शुक्रिया इंशाल्लाह लेकिन नादीन प्रोग्राम असा कश्मीर तुसा तक आई यकीन तुसा की मजा आया उसी मिगी तो बहुत मजा आया कि वह फनकार शख्सियत साढ़े स्टूडियो के मौजूद सन जिन्होंने असा भी तरसने कि असा उन्हें कि